ਸਾਡੀ ਜੀ ਗੰਨੇ ਦੀ ਸਮੱਸਿਆ ਵਾ ਜੀ 18-19 ਸੀਜ਼ਨ ਦੀ ਜੀ ਸਾਨੂੰ ਅਜੇ ਤੱਕ ਕੋਈ ਪੇਮੈਂਟ ਨਹੀਂ ਮਿਲੀ ਜੀ। ਮੈਂ ਗੰਨਾ ਜੀ ਉੱਥੇ 18 'ਚ ਫਰਵਰੀ ਮਹੀਨੇ ਸ਼ੁਰੂ ਕੀਤਾ ਜੀ, ਮੇਰੀਆਂ 20 ਪਰਚੀਆਂ ਚਲੀਆਂ ਗਈਆਂ ਜੀ ਉਸ ਮਿਲ 'ਚ KDF ਗੰਨਾ 'ਚ, ਮੈਨੂੰ ਅੱਜ ਤੱਕ ਇਹਦਾ ਕੋਈ ਪੈਸਾ ਨਹੀਂ ਮਿਲਿਆ ਜੀ। 3500 ਕੁਇੰਟਲ ਗੰਨਾ ਮੈਂ ਉੱਥੇ ਸਪਲਾਈ ਕੀਤਾ ਜੀ, ਮੇਰਾ 10.5-11 ਲੱਖ ਦੇ ਕਰੀਬ ਮੇਰੀ ਪੇਮੈਂਟ ਬਣਦੀ ਆ, ਜਿਹੜੀ ਅੱਜ ਤੱਕ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਜੀ। ਸਾਡੀ ਇਹ ਸਮੱਸਿਆ ਜੀ, ਬੇਨਤੀ ਆ ਵੀ ਸਾਨੂੰ ਇਹ ਜਲਦੀ ਤੋਂ ਜਲਦੀ ਜਿਹੜੀ ਆ ਪੇਮੈਂਟ ਦਿੱਤੀ ਜਾਏ। ਬਾਕੀ ਅਸੀਂ ਆਪਣੇ ਕਈ ਵਾਰ ਮਿਲ ਜਾ ਉੱਥੇ ਜਾ ਚੁੱਕੇ ਹਾਂ, ਬੇਨਤੀ ਅਫਸਰਾਂ ਅੱਗੇ ਕਰ ਚੁੱਕੇ ਹਾਂ, ਪਰ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਸਾਨੂੰ ਗੰਨੇ ਦੀ ਇਹ ਮੁਸ਼ਕਿਲ ਹੈ ਜੀ, ਅਸੀਂ 18-19 ਦੇ ਸੀਜ਼ਨ ਦਾ ਗੰਨਾ ਸੁੱਟਿਆ, ਉਹਦੀ ਪੇਮੈਂਟ ਨਹੀਂ ਸਾਨੂੰ ਮਿਲੀ, ਅਤੇ ਅਸੀਂ ਮਿਲ 'ਚ ਵੀ ਗਏ ਹਾਂ, ਸਿਫਾਰਸ਼ਾਂ ਵੀ ਪਾਈਆਂ, ਫੋਨ ਵੀ ਕਰੀਦਾ ਵਾ, ਪਰ ਸਾਨੂੰ ਕੋਈ ਪੇਮੈਂਟ ਨਹੀਂ ਆ। ਅਸੀਂ 100 ਰੁਪਈਆ ਅਪ੍ਰੈਲ ਮਹੀਨੇ ਅਸੀਂ 22-23 ਤਰੀਕ ਨੂੰ ਗੰਨਾ ਸ਼ੁਰੂ ਕੀਤਾ ਸੀ, ਅਤੇ 100 ਰੁਪਈਆ ਅਸੀਂ ਸਿਲਾਈ ਦਿੱਤੀ ਸੀ, ਅਤੇ 2000 ਕੁਇੰਟਲ ਗੰਨਾ ਅਸੀਂ ਜਿਹੜਾ ਸੁੱਟਿਆ, 2 ਲੱਖ ਰੁਪਇਆ ਅਸੀਂ ਭਈਆਂ ਨੂੰ ਨਗਦ ਦਿੱਤਾ, ਉਹ ਨਗਦ ਪੇਮੈਂਟ ਦਿੱਤੀ, ਤੇਲ ਵੀ ਅਸੀਂ ਜਿਹੜਾ ਉਹ ਨਗਦ ਪਿਆ। ਦੇਖੋ ਸਾਨੂੰ ਮਿਲ ਨੇ 1 ਰੁਪਈਆ KDF ਗੰਨਾ ਚੱਡਾ ਸ਼ੂਗਰ ਮਿਲ ਆ, ਸਾਨੂੰ ਉਹ ਪੈਸੇ ਨਹੀਂ ਦਿੰਦੇ। ਯੂਨੀਅਨਾਂ ਜਿਹੜੀਆਂ ਉੱਧਰ ਦੀਆਂ ਕਿਸਾਨ ਯੂਨੀਅਨਾਂ ਨੇ, ਉਹ ਆਪਣਾ ਜ਼ੋਰ ਪਾ ਕੇ ਜਿਹੜੇ ਜ਼ਿਮੀਂਦਾਰ ਆ ਉਹ ਪੇਮੈਂਟ ਲੈ ਲੈਂਦੇ ਨੇ। ਦੇਖੋ ਜੀ, ਸਾਡੇ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਗੰਨੇ ਦੀ ਜਿਹੜੀ ਸਮੱਸਿਆ ਸੀ, ਇਸ ਵਾਰੀ ਤਾਂ ਗੰਨਾ ਤਕਰੀਬਨ ਜ਼ਿਮੀਂਦਾਰਾਂ ਨੇ ਇਸੇ ਦੁੱਖ ਤੋਂ ਪੁੱਟ ਦਿੱਤਾ ਗਿਆ। ਵੱਡੀ ਸਮੱਸਿਆ ਆ ਵੀ ਸਾਡੀ ਪਨਿਆੜ ਮਿੱਲ ਜਿਹੜੀ ਆ ਇੱਥੇ, ਸਾਨੂੰ ਜਿਹੜੀ ਕਿ ਲੋਕਲ ਮਿੱਲ ਪੈਂਦੀ ਆ, ਉਹ ਸਾਡਾ ਇਹਨਾਂ ਜ਼ਿਮੀਂਦਾਰਾਂ ਦਾ ਸਾਡਾ ਬਾਂਡ ਨਹੀਂ ਕਰਦੇ, ਤਾਂ ਸਾਨੂੰ ਬਾਹਰ ਦੀਆਂ ਮਿੱਲਾਂ 'ਚ ਧੱਕੇ ਖਾਣੇ ਪੈਂਦੇ ਆ, ਅਤੇ ਬਾਹਰ ਦੀਆਂ ਮਿੱਲਾਂ ਵਾਲੇ ਜਿਹੜੇ ਆ ਉਹ ਮਤਲਬ ਸਾਡੇ ਜ਼ਿਮੀਂਦਾਰਾਂ ਨੂੰ ਗੁੰਮਰਾਹ ਕਰਦੇ ਆ, ਕਿਉਂਕਿ ਉਹ ਪਹਿਲੇ ਆਪਣਾ ਲੋਕਲ ਏਰੀਆ ਚੁੱਕਦੇ ਆ, ਵਾਧਾ ਘਾਟਾ ਜਦੋਂ ਲਾਸਟ ਟਾਈਮ ਆ ਜਾਂਦਾ ਤਾਂ ਫਿਰ ਉਹ ਸਾਡੇ ਏਰੀਏ ਨੂੰ ਪਰਚੀਆਂ ਦਿੰਦੇ ਆ, ਫਿਰ ਉਹ ਕਈ ਪਰਚੀਆਂ 'ਤੇ ਸਾਨੂੰ ਪੈਸੇ ਦੇ ਕੇ ਲੈਣੀਆਂ ਪੈਂਦੀਆਂ। ਉਸ ਟਾਈਮ ਲੇਬਰ ਦਾ ਰੇਟ ਬਹੁਤ ਜ਼ਿਆਦਾ ਹੋ ਜਾਂਦਾ, ਗਰਮੀਆਂ ਦਾ ਟਾਈਮ ਆ ਜਾਂਦਾ, ਜਿਹੜੀ ਕਿ ਲੇਬਰ ਅਸੀਂ ਸਰਦੀਆਂ 'ਚ 40 ਰੁਪਈਏ ਦਿੰਦੇ ਹਾਂ, ਉਹ ਸਾਨੂੰ 100-100 ਰੁਪਈਆ ਦੇ ਕੇ ਲੇਬਰ ਗੰਨਾ ਚਲਾਉਣਾ ਪੈਂਦਾ। ਛੇ ਮਹੀਨੇ ਤੋਂ ਹੋਣੇ ਦੇ ਕਿਉਂਕਿ 6 ਮਹੀਨੇ ਸੇ ਪਹਿਲੇ ਕੁਛ ਔਰ ਖਿਲਾਇਆ ਪਿਲਾਇਆ ਤੋ ਹੋ ਜਾਏਗਾ ਦਸਤ। 6 ਮਹੀਨੇ ਤੱਕ ਸਿਰਫ ਮੰਮੀ ਕਾ ਹੀ ਦੂਰ ਸਮਝੀ। ਅਰੇ ਵਾਹ।